ਫੈਕਟਰ ਹੈ ਠੀਕ ਆ ਬੈਲਾਰੂਸ ਫੈਕਟਰ ਆ ਇਹਦਾ ਤੁਸੀਂ ਸਾਈਜ਼ ਚੈੱਕ ਕਰ ਲੋਗੇ ਅਗਰ ਮੈਂ ਇੱਦਾਂ ਕਰਕੇ ਬਹਿ ਜਾਣਾ ਤੇ ਫੇਰ ਵੀ ਆ ਸਾਈਜ਼ ਚੈੱਕ ਕਰ ਲੋ ਕਿੰਨਾ ਉੱਚਾ ਇਹਨਾਂ ਟਾਈਮ ਦਾ ਜਟਕਾ ਰਿਵਿਊ ਕਰਨੀ ਆਪਾਂ ਠੀਕ ਆ ਜਟਕਾ ਰਿਵਿਊ ਪਹਿਲੇ ਹੋਏਗਾ ਇਹ ਤੁਸੀਂ ਨਾ ਆਪਣਾ ਪਿੰਡ ਦੇ ਅੰਦਰ ਨੀ ਲੈ ਕੇ ਜਾਣਾ ਮੈਂ ਤੁਹਾਨੂੰ ਦੱਸਦਾ ਪਿੰਡ ਦੇ ਅੰਦਰ ਲੈ ਗਏ ਨਾ ਖੁਦਾ ਨਾ ਖਾਸਤਾ ਇੱਦਾਂ ਦੀ ਗੱਡੀ ਕੋਈ ਅੱਗੇ ਆ ਗਈ ਤੇ ਗੱਡੀ ਦੇ ਉੱਤੇ ਚੜ ਜਾਏਗਾ ਚੈੱਕ ਕਰਵਾਇਆ ਸਲਾਂਡਾ ਗੱਡੀ ਇਹਦੇ ਵਿੱਚ ਵੇਖ ਲੋ ਕਿ ਇਹਦੀ ਇਹਦੀ ਇੰਨੀ ਲੈਂਥ ਆ ਫਿਰ ਵੀ ਟਾਇਰ ਉੱਚਾ ਵਾ ਉਹ ਤੇ ਹੌਲੀ ਗੱਡੀ ਤੇ ਥੱਲੋਂ ਹੀ ਲੰਘ ਜਾਏਗੀ ਥੱਲੇ ਵੜ ਜਾਣੀ ਤੇ ਨਾਲ ਬੱਚੇ ਬੁੱਚੇ ਦਾ ਤੁਹਾਨੂੰ ਕਿਸੇ ਦਾ ਪਤਾ ਨੀ ਲੱਗਣਾ ਜਾਨਵਰ ਜੂਨਵਰ ਦਾ ਪਤਾ ਨੀ ਲੱਗਣਾ ਕਿਸੇ ਤਰ੍ਹਾਂ ਹਾਂ ਖੜਾ ਕਰਨਾ ਸਿਰਫ ਡੇਰੇ ਤੇ ਡੇਰੇ ਤੇ ਖੜਾ ਕਰਨਾ ਪਿੱਛੇ ਆ ਜਾ ਇਹਦਾ ਫੂਲ ਟੈਂਕ ਚੈੱਕ ਕਰ ਲਓ ਆ ਫਿਊਲ ਟੈਂਕ ਚੈੱਕ ਕਰੋ ਕਿੰਨਾ ਵੱਡਾ ਲੱਗਾ ਹੋਇਆ ਉਸ ਤੋਂ ਬਾਅਦ ਮੇਰਾ ਟਾਪ ਲੈਂਕ ਲੱਗੀ ਹੋਈ ਹੈ ਆਹ ਚੈੱਕ ਕਰੋ ਜਿਹਦਾ ਹੰਡਰਾਲਿਕ ਸਿਸਟਮ ਹੁੰਦਾ ਵਾ ਆਮ ਸਿਸਟਮ ਨਹੀਂ ਹੁੰਦਾ ਇਹਦੇ ਵਿੱਚ ਕਿ ਜਿਹੜਾ ਆਮ ਸਿਸਟਮ ਹੁੰਦਾ ਉਹਦੇ ਵਿੱਚ ਕਚਰਾ ਆ ਜਾਂਦਾ ਯੇ ਵਾ ਹੋ ਜਾਂਦਾ ਵੋ ਹੋ ਜਾਂਦਾ ਮਸਲੇ ਬੜੇ ਬਣਦੇ ਇਹਦਾ ਤੁਹਾਨੂੰ ਹੰਡਰਾਲਿਕ ਦਾ ਕੋਈ ਮਸਲਾ ਦੇਖਣ ਚ ਨਹੀਂ ਮਿਲੇਗਾ ਇਹਦਾ ਹੰਡਰਾਲਿਕ ਦੋ ਤਰ੍ਹਾਂ ਦਾ ਵਰਕ ਕਰਦਾ ਹੁੰਦਾ ਅਗਰ ਤੁਸੀਂ ਫੁੱਲ ਨੀਚੇ ਕਰ ਦੋਗੇ ਤੇ ਟਰੈਕਟਰ ਦੇ ਨੀ ਪਿਛਲੇ ਟਾਇਰ ਉੱਠ ਜਾਣਗੇ ਉੱਤੇ ਫੁੱਲ ਤਾਂ ਕਰੋਗੇ ਦੋਨਾਂ ਸਾਈਡਾਂ ਨੂੰ ਵਰਕ ਕਰਦਾ ਨੀਚੇ ਕਰੋਗੇ ਨੀਚੇ ਨੂੰ ਹੋਜੇਗਾ ਉੱਪਰ ਨੂੰ ਕਰੋਗੇ ਫੁੱਲ ਉੱਪਰ ਨੂੰ ਹੋਜੇਗਾ ਨੀਚੇ ਕੋਈ ਸ਼ਹਿਰ ਆ ਕੇ ਤਾਂ ਚੁੱਕੋਗੇ ਟਾਇਰ ਚੁੱਕੋ ਜਾਣਗੇ ਠੀਕ ਆ ਉਸ ਤੋਂ ਬਾਅਦ ਬੈਲਾਰੂਸ ਟਰੈਕਟਰ ਹੋ ਗਿਆ ਆਪਣਾ ਇਹਦਾ ਰਿਵਿਊ ਇਹਦੇ ਵਿੱਚ ਤੁਸੀਂ ਟਰਾਲੀ ਪਾ ਸਕਦੇ ਇਹਦੇ ਤੋਂ ਜ਼ਿਆਦਾ ਹੁੱਕ ਵੀ ਲਵਾ ਸਕਦੇ ਜੇ ਉਸ ਤੋਂ ਬਾਅਦ ਬੈਰੂਨੇ ਮੁਲਕਾਂ ਦੇ ਵਿੱਚ ਜਾਨਵਰਾਂ ਨੂੰ ਚਾਰਾ ਪਾਉਣ ਵਾਸਤੇ ਆਹ ਚੀਜ਼ਾਂ ਇਸਤੇਮਾਲ ਹੁੰਦੀਆਂ ਦਿਖਾਇਆ ਜ਼ੂਮ ਕਰਕੇ ਇੰਪੋਰਟ ਟਰੈਕਟਰ ਆ ਇਹ ਆਮ ਟਰੈਕਟਰ ਨੀਗਾ ਇਹ ਇੰਪੋਰਟਡ ਟਰੈਕਟਰ ਆ ਬੈਲਾਰੂਸ ਇੱਕ ਮੁਲਕ ਆ ਉੱਥੋਂ ਆਉਂਦੇ ਹੁੰਦੇ ਆ ਇਹ ਉੱਥੋਂ ਦਾ ਟਰੈਕਟਰ ਆ ਠੀਕ ਆ ਤੇ ਆਹ ਸਰ ਉਹਨਾਂ ਦਾ ਸ਼ੋਰੂਮ ਦਾ ਨਾਮ ਆ ਤੁਸੀਂ ਦੇਖ ਲਓ ਚੌਧਰੀ ਐਂਡ ਸ਼ਹਿਰੋਬ ਆਟੋ ਟਰੈਕਟਰ ਟਰੈਕਟਰ ਹਾਊਸ ਜੀ ਟੀ ਰੋਡ ਸਾਹੀਵਾਲ ਤੇ ਵਾਕਿਆ ਆਹ ਤਾਂ ਨੰਬਰ ਆ ਇਹਨਾਂ ਕੋਲ ਲਿੰਕ ਤੇ ਵੀ ਟਰੈਕਟਰ ਮਿਲ ਜਾਣਗੇ ਹਰ ਤਰ੍ਹਾਂ ਦਾ ਟਰੈਕਟਰ ਦੱਸਿਆ ਵਾ ਸਾਰੇ ਜਣੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਾਰੇ ਉਹਨਾਂ ਨੂੰ ਬਿਲਾ ਵਜ੍ਹਾ ਤੰਗ ਨਹੀਂ ਕਰਨਾ।